ਪਿਛਲੇ ਦਿਨਾਂ ਤੋਂ ਭਾਖੜਾ ਡੈਮ 'ਚ ਲਗਾਤਾਰ ਛੱਡੇ ਜਾ ਰਹੇ ਪਾਣੀ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਦੇ ਤਬਾਹੀ ਮਚਾ ਦਿੱਤੀ ਹੈ, ਜਿਸ 'ਚ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤੋਂ ਇਲਾਵਾ ਲੋਕਾਂ ਦੇ ਘਰਾਂ 'ਚ ਪਾਣੀ ਵੜਨ ਨਾਲ ਕੀਮਤੀ ਸਮਾਨ ਖਰਾਬ ਹੋ ਗਿਆ। ਮੋਗਾ ਦੇ ਕਸਬਾ ਧਰਮਕੋਟ ਨਾਲ ਲੰਘਦੇ ਸਤਲੁਜ ਦਰਿਆ 'ਚ ਪਾਣੀ ਦਾ ਵਹਾਅ ਵਧਣ ਕਾਰਨ ਸਤਲੁਜ ਦਰਿਆ ਦੇ ਬੰਨ 'ਤੇ ਲੱਗਦੇ ਤਕਰੀਬਨ 20 ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਦੇ ਕਰੀਬ ਝੋਨੇ ਦਾ ਨੁਕਸਾਨ ਹੋ ਗਿਆ। ਕੁਝ ਪਿੰਡਾਂ ਨੂੰ ਘਰ ਛੱਡ ਕੇ ਬਣਾਏ ਗਏ ਕੈਂਪਾਂ 'ਚ ਜਾਣ ਦੇ ਆਦੇਸ਼ ਦੇ ਦਿੱਤੇ ਨੇ। ਪਾਣੀ ਤੋਂ ਪੀੜਤ ਲੋਕਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਇੱਥੇ ਪਾਣੀ ਭਾਅ ਜੀ ਬਹੁਤ ਜ਼ਿਆਦਾ ਚੜ੍ਹ ਆਇਆ ਵਾ। ਹਾਂਜੀ ਬਿਲਕੁਲ, ਪਾਣੀ ਟੱਪਣ ਦਾ ਖਤਰਾ ਹੈਗਾ ਭਾਅ ਜੀ। ਹੁਣ ਆਪਾਂ ਤਸੀਬਨ ਤੇ ਖੜੇ ਹਾਂ। ਹਾਂਜੀ ਭਾਅ ਜੀ, ਤੇ ਕਿੰਨਾ ਕੁ ਫਰਕ ਰਹਿ ਗਿਆ ਬੰਦ ਤੋਂ? ਬਿਲਕੁਲ ਥੋੜ੍ਹਾ ਫਰਕ ਰਹਿ ਗਿਆ, ਬਿਲਕੁਲ ਹੀ। ਹਾਂਜੀ, ਪਾਣੀ ਟੱਪਣ ਦਾ ਫੁੱਲ ਖਤਰਾ ਜੀ। ਹਾਲਾਤ ਬਹੁਤ ਮਾੜੇ ਆ ਜੀ, ਬਹੁਤ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਜੀ, ਬਹੁਤ ਕੁਛ ਹੋ ਜੂਗਾ ਜੀ। ਜੇ ਬਾਈ ਸਰਕਾਰ ਮਸਲਾ ਹੱਲ ਕਰ ਸਕਦੀ ਤਾਂ ਕਰੇ ਜੀ। ਪਾਣੀ ਦੀ ਕੀ ਪੀਸ਼ਣ ਹੈ? ਪਾਣੀ ਬਹੁਤ ਜ਼ਿਆਦਾ ਜੀ, ਪਤਾ ਨਹੀਂ 88 ਤੋਂ ਵੱਧ ਆ ਰਿਹਾ ਜੀ। ਤੁਸੀਂ ਬੰਦ ਤੇ ਖੜੇ, ਕਿੰਨਾ ਕੁ ਫਰਕ ਰਹਿ ਗਿਆ ਪਾਣੀ? ਇਹ ਬਸ ਜੀ 2 ਫੁੱਟ ਤਾਂ ਰਹਿ ਗਿਆ, 1.5 ਫੁੱਟ ਤਾਂ ਰਹਿ ਗਿਆ ਜੀ। ਆਹ ਗਿੱਠਾ ਮਿਲ ਲਓ ਜੀ, 1.5 ਫੁੱਟ ਦਾ ਫਰਕ ਰਹਿ ਗਿਆ ਹੋਊਗਾ ਜੀ। ਪਾਣੀ ਆ ਰਿਹਾ ਜੀ, ਬਿਲਕੁਲ ਬੱਚਿਆਂ ਤੱਕ ਨੁਕਸਾਨ ਹੋ ਸਕਦਾ ਜੀ। ਹੁਣ ਜਿਹੜੀ ਮਿੱਟੀ ਪਵਾਈ ਜਾ ਰਹੀ ਹੈ, ਕੌਣ ਪਵਾ ਰਿਹਾ ਹੈ? ਇਹ ਜੀ ਸਾਡੇ ਪਿੰਡ ਵਾਲੇ ਸਰਪੰਚ ਸਾਹਿਬ ਪਵਾ ਰਹੇ ਹੈ, ਪਿੰਡ ਦੇ ਬੰਦੇ ਪਵਾ ਰਹੇ ਜੀ। ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ? ਕੋਈ ਨਹੀਂ, ਮਦਦ ਨਹੀਂ ਮਿਲੀ ਜੀ, ਸਰਕਾਰ ਦੀ ਕੋਈ ਮਦਦ ਨਹੀਂ ਸਾਨੂੰ ਮਿਲ ਰਹੀ ਜੀ। ਕੋਈ ਮਦਦ ਨਹੀਂ ਸਾਨੂੰ ਮਿਲ ਰਹੀ, ਨਾ ਬੇੜੀ ਆ ਰਹੀ, ਉਹ ਬੰਦੇ ਵੇਲੇ ਡੁੱਬੀ ਜਾ ਰਹੇ ਜੀ, ਸਾਡਾ ਪਿੰਡ ਦਾ ਬੱਚੇ ਜਾ ਰਹੇ ਜੀ, ਮਦਦ ਕਰੋ ਜੀ ਸਾਡੀ ਯਾਰ। ਧਰਮਕੋਟ ਹਲਕੇ ਦੇ ਵਿਧਾਇਕ ਦਾ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣੋ। ਸਾਰੇ ਅਧਿਕਾਰੀ ਪ੍ਰਸ਼ਾਸਨ ਵੱਲੋਂ ਬਹੁਤ ਵੱਡਾ ਯੋਗਦਾਨ ਆ, ਕੋਈ ਕਿ ਢਿੱਲ ਨਹੀਂ ਕਿਸੇ ਦੀ, ਪਰਸੋਂ ਤੋਂ ਲੈ ਕੇ ਲੱਗੇ ਹੋਏ ਆ। ਇਹ ਕੁਦਰਤੀ ਆਫਤਾ, ਇਹਨੂੰ ਨਜਿੱਠਣ ਵਾਸਤੇ ਜਿਹੜਾ ਹੈਗਾ, ਜਿੱਥੇ ਸਰਕਾਰੀ ਪ੍ਰਸ਼ਾਸਨ, ਸਰਕਾਰੀ ਮਸ਼ੀਨਰੀ ਦੀ ਲੋੜ ਆ, ਉੱਥੇ ਸਾਰਾ ਕੁਛ ਲੋਕਾਂ ਦਾ ਵੀ ਵੱਡਾ ਸਹਿਯੋਗ ਚਾਹੀਦਾ। ਪਰ ਜਿਹੜਾ ਹੈਗਾ ਬਹੁਤ ਵੱਡਾ ਸਹਿਯੋਗ ਇੱਥੇ ਮਿਲ ਰਿਹਾ, ਇਕੱਲਾ ਇੱਥੇ ਰੇੜਮਾਂ ਦੇ ਵਿੱਚ ਨਹੀਂ ਖਤਰਾ ਹੈਗਾ। ਸਾਨੂੰ ਪਤਾ ਵੀ ਅੱਜ ਸਾਡਾ ਲੈ ਕੇ ਜਿਹੜਾ ਹੈਗਾ, ਅਸੀਂ ਸਵੇਰੇ ਜਗਰਾਉਂ ਤੋਂ ਪਰਲੇ ਹਲਕੇ ਦੇ ਵਿੱਚੋਂ ਬਹਾਦਰ ਕਿਆ ਤੋਂ ਅੱਗੇ ਜੇ ਬਾਗੀਆਂ ਪਿੰਡ ਆ, ਉਦੋਂ ਵੀ ਅੱਗੇ ਜਾ ਕੇ ਅਸੀਂ ਸਾਰਾ ਵੇਖ ਕੇ ਆਏ ਹਾਂ। ਉਹ ਇਦੋਂ ਵੀ ਜ਼ਿਆਦਾ ਮਾੜੇ ਹਾਲ ਸੀਗੇ, ਜਿੱਥੇ ਸਾਡਾ ਪੂਰੇ ਲੋਕਾਂ ਨੇ ਵੀ ਸਾਥ ਦਿੱਤਾ ਅਤੇ ਬਹੁਤ ਵਧੀਆ ਆਪੋ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਹੈਗਾ, ਸਾਰੇ ਅਫਸਰ ਇੱਥੇ ਬੈਠੇ ਹੈਗੇ ਆ, ਸਾਰਾ ਕੁਛ ਤੰਬੂ ਵਗੈਰਾ ਸਭ ਕੁਛ ਜੋ ਕੁਛ ਇੱਥੇ ਪਹੁੰਚ ਚੁੱਕਾ। ਦੇਖੋ ਜੀ, ਇਹ ਹੈਗਾ ਪੂਰਾ ਇੱਥੇ, ਹੁਣ ਤੁਸੀਂ ਆਪ ਹੀ ਦੇਖ ਲਿਆ ਸਾਰਾ ਕੁਛ ਆ ਕੇ, ਡੀਸੀ ਸਾਹਿਬ ਇੱਥੇ, ਐਸਡੀਐਮ ਸਾਹਿਬ ਇੱਥੇ, ਸਾਰਾ ਪ੍ਰਸ਼ਾਸਨ ਸਾਡਾ ਇੱਥੇ ਹੈਗਾ। 2 ਦਿਨ ਪਹਿਲਾਂ ਹੋਇਆ, ਬਿਲਕੁਲ ਪਹਿਲਾਂ ਹੋਇਆ। ਵੇਖੋ ਜੀ, ਨਹੀਂ ਇਹ ਕੱਲ੍ਹ ਅੱਜ ਵੇਖੋ, ਗੱਲ ਸੁਣੋ, ਕੱਲ੍ਹ ਜਿੱਥੇ ਸੀ, ਕੱਲ੍ਹ ਸਗੇੜੇ ਸੀ ਸਾਰੇ, ਕੱਲ੍ਹ ਸਗੇੜੇ ਉੱਧਰ ਅੱਗੇ ਸਾਰਾ ਅੱਗੇ ਸੀਗੇ ਸਾਰੇ, ਰਾਤ ਵੀ ਇੱਥੇ ਡੀਸੀ ਸਾਹਿਬ, ਐਸਡੀਐਮ ਸਾਹਿਬ ਸਭ ਇੱਥੇ ਸੀਗੇ ਰਾਤ ਵੀ, ਸਵੇਰੇ ਸੁਬਹਾ ਦੇ ਫਿਰ ਲੱਗੇ ਆ। ਇਕੱਲਾ ਇੱਥੋਂ ਨਹੀਂ ਲੈ ਕੇ, ਤੁਸੀਂ ਜਗਰਾਉਂ ਤੋਂ ਲੈ ਕੇ ਗਿਣੋ ਕਿੱਥੋਂ ਤੱਕ ਏਰੀਆ ਪੈਂਦਾ। ਦੇਖੋ ਹਾਲਾਤ, ਦੇਖੋ ਜਿਹੜਾ ਹੈਗਾ ਇਹ ਕੁਦਰਤ ਦਾ ਕਰੋਪ ਆ, ਕਰੋਪੀ ਆ। ਇਹ 88 ਦੇ ਵਿੱਚ ਵੀ ਸਾਡਾ ਜਿਹੜਾ ਉਹ ਇਸ ਟਾਈਮ ਦੇ ਉੱਤੇ ਬਹੁਤ ਹਲਕੇ ਦਾ ਮੰਦਾ ਹਾਲ ਹੋਇਆ ਸੀਗਾ, ਬਹੁਤ ਨੁਕਸਾਨ ਹੋਇਆ ਸੀਗਾ। ਪਰ ਇਹ ਜਿਹੜਾ ਇਹਨੂੰ ਆਪਾਂ ਜਿੰਨਾ ਹੈਗਾ ਠੱਲਣ ਵਾਸਤੇ, ਕੋਈ ਢਿੱਲ ਨਹੀਂ ਕਿਸੇ ਦੀ, ਪਰ ਜੇ ਹੈਗਾ ਕਿਸੇ ਤੋਂ ਦੁਬਾਰਾ ਹੋ ਕੇ ਕੋਈ ਕੰਮ ਹੁੰਦਾ ਤਾਂ ਉਹਨੂੰ ਮੈਂ ਕੋਈ ਕਹਿ ਨਹੀਂ ਸਕਦਾ। ਹਾਲੇ ਤੱਕ ਕੰਟਰੋਲ 'ਚ ਚੱਲ ਰਿਹਾ ਸਾਰਾ ਕੁਛ, ਅਤੇ ਕੋਈ ਅਫਸਰ ਵੱਲੋਂ ਢਿੱਲ ਨਹੀਂ। ਸਾਡੇ ਜਿਹੜੇ ਆ, ਸਾਡੀ ਪਾਰਟੀ ਦੇ ਵਰਕਰ ਆ ਜਿਹੜੇ, ਸਾਡੇ ਸਾਰੇ ਪੂਰੇ ਤਹਿ ਦਿਲੋਂ ਲੱਗੇ ਹੋਏ ਆ, ਕਿਸੇ ਵੱਲੋਂ ਕੋਈ ਢਿੱਲ ਨਹੀਂ ਗਈ, ਅਤੇ ਪੂਰਾ ਸਹਿਯੋਗ ਸਾਰਾ ਸਾਨੂੰ ਜਿਹੜਾ ਸੰਗਤ ਦਾ ਮਿਲ ਰਿਹਾ ਹੈਗਾ, ਅਤੇ ਪੂਰੇ ਤਤਪਰ ਆ, ਪੂਰਾ ਪ੍ਰਸ਼ਾਸਨ ਤਤਪਰ ਆ। ਪਰ ਫਿਰ ਵੀ ਜੇ ਕੁਛ ਹੁੰਦਾ ਤਾਂ ਅਸੀਂ ਉਹ ਨਜਿੱਠਣਗੇ ਤਗੜੇ ਹੋ ਕੇ, ਪਰ
ਕੋਈ ਇਹਦੇ 'ਚ ਢਿੱਲ ਨਹੀਂ। ਚਾਰੇ ਵਗੈਰੇ ਦਾ ਜਿਹੜੇ ਖਾਣ ਦੇ ਆ ਉਹਦੇ, ਮੈਂ ਕਿਹਾ ਜੀ ਚਾਰੇ ਵਗੈਰੇ ਦਾ ਵੀ ਇੰਤਜ਼ਾਮ ਸਾਰਾ ਹੋ ਰਿਹਾ, ਜਿਹੜਾ ਹੈਗਾ ਫੀਡ ਵਗੈਰਾ ਦਾ ਵੀ ਇੰਤਜ਼ਾਮ ਹੋ ਰਿਹਾ, ਕਿਸੇ ਪਾਸਿਓਂ ਕੋਈ ਢਿੱਲ ਨਹੀਂ ਹੋਊਗੀ, ਸਾਰਾ ਕੁਛ ਇਹਨੂੰ ਤੰਬੂ ਵਗੈਰਾ ਸਭ ਕੁਛ ਜੋ ਹੈਗਾ ਖਾਣ ਪੀਣ ਦਾ ਰਾਸ਼ਨ ਸਭ ਪਹੁੰਚੋ। ਦੇਖੋ ਜੀ ਸਾਡੇ ਪਿੰਡ ਜਿਹੜੇ ਆ ਦਰਿਆ ਦੇ ਏਰੀਏ ਦੇ ਵਿੱਚ ਸਾਡੇ ਲੈ ਕੇ ਇੱਥੋਂ ਗਿੱਲੋ ਤਾਰੇ ਵਾਲੇ ਤੋਂ ਲੈ ਕੇ ਆ ਪੰਜਾਹ ਦੇ ਪਿੰਡ ਦੇ 50-40 ਪਿੰਡ 40 ਕਹਾਉਂਦੇ ਹੈਗੇ, 50 ਗਿੱਲੋ 40 ਗਿੱਲੋ ਗਾਂ ਲਪੇਟ ਜਾ ਚੁੱਕੇ ਆ। ਪਰ ਜਿਵੇਂ ਹੁਣ ਉਹ ਪਰੇ ਹੈਗਾ ਵੀ ਲਪੇਟ ਦੇ ਵਿੱਚ ਆ ਚੁੱਕੇ ਆ, ਪਰ ਜਿਹੜਾ ਹੈਗਾ ਅੱਜ ਪਾਣੀ ਅੰਦਰ ਜਿਹੜੀਆਂ ਫਸਲਾਂ ਜਿਹੜੀਆਂ ਬਿਲਕੁਲ ਤਬਾਹ ਹੋ ਗਈਆਂ, ਪਰ ਜਿਹੜਾ ਹੈਗਾ ਬਾਹਰ ਆ ਜਿਹੜਾ ਬਾਹਰ ਜਿਹੜੀ ਸਥਿਤੀ ਕੰਟਰੋਲ 'ਚ ਆ, ਦਰਿਆ ਪੂਰਾ ਬੰਨ ਦੇ ਉੱਤੇ ਸਭ ਲੱਗੇ ਹੋਏ ਆ, ਬਹੁਤ ਵੱਡਾ ਇਹ ਤਕੜੇ ਹੋ ਕੇ ਬਹੁਤ ਸਾਰਿਆਂ ਦਾ ਹਮਲਾ ਹੈਗਾ, ਕੋਈ ਕਮੀ ਪੇਸ਼ੀ ਨਹੀਂ ਗਈ। ਮੋਗਾ ਤੋਂ ਚਮਕੌਰ ਲੋਪੋ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।